ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦ ਹਲਕੇ ਦੇ ਕਸਬਾ ਰਈਆ ਦੇ ਵਸਨੀਕ ਤਜਿੰਦਰ ਸਿੰਘ ਬਿੱਲੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਪਬਲਿਕ ਕੋਆਰਡੀਨੇਸ਼ਨ ਸੈੱਲ ਦੇ ਚੇਅਰਮੈਨ ਵਜੋਂ ਨਿਯੁਕਤੀ ਹੋਣ ਦੀ ਖਬਰ ਸੋਸ਼ਲ ਮੀਡੀਆ ਤੇ ਅਗਵਾਗ ਫੈਲ ਗਈ। ਉਦੋਂ ਹੀ ਰਈਆ ਵਿਖੇ ਸਥਿਤ ਉਹਨਾਂ ਦੇ ਗ੍ਰਹਿ ਵਿਖੇ ਪਰਿਵਾਰ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਜਾਰੀ ਹੋ ਗਿਆ। ਚੰਡੀਗੜ੍ਹ ਵਿਖੇ ਪ੍ਰਦੇਸ਼ ਕਾਂਗਰਸ ਦੇ ਪਬਲਿਕ ਕੋਆਰਡੀਨੇਟਰ ਸੈੱਲ ਦੇ ਚੇਅਰਮੈਨ ਪਾਸੋਂ ਨਿਯੁਕਤੀ ਪੱਤਰ ਪ੍ਰਾਪਤ ਕਰਨ ਮਗਰੋਂ ਤਜਿੰਦਰ ਸਿੰਘ ਬਿੱਲੂ ਅੱਜ ਰਈਆ ਵਿਖੇ ਪੁੱਜੇ ਤਾਂ ਇੱਥੇ ਉਹਨਾਂ ਦੇ ਸਮਰਥਕਾਂ ਵੱਲੋਂ ਰਈਆ ਵਿਖੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਸਭ ਤੋਂ ਪਹਿਲਾਂ ਨਵ ਨਿਯੁਕਤ ਜ਼ਿਲ੍ਹਾ ਚੇਅਰਮੈਨ ਨੇ ਨਹਿਰੀ ਵਿਸ਼ਰਾਮ ਘਰ ਵਿਖੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦਾ ਆਸ਼ੀਰਵਾਦ ਲੈਂਦੇ ਹੋਏ ਆਪਣੇ ਇਸ ਅਹੁਦੇ ਦੀ ਸ਼ੁਰੂਆਤ ਕਰਨ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ। ਇਸ ਦੇ ਬਾਅਦ ਤਜਿੰਦਰ ਸਿੰਘ ਬਿੱਲੂ ਆਪਣੀ ਟੀਮ ਸਮੇਤ ਗੁਰਦੁਆਰਾ ਸ਼੍ਰੀ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਵੀ ਹੋਏ। ਇਸ ਉੱਪਰ ਬੋਲਦਿਆਂ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕਿਹਾ, ਪ੍ਰਧਾਨ ਮਨਜੀਤ ਸਿੰਘ ਹਲਕੇ ਵਿੱਚ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਉਹਨਾਂ ਦੇ ਸਪੁੱਤਰ ਤਜਿੰਦਰ ਸਿੰਘ ਬਿੱਲੂ ਨੂੰ ਇਹ ਅਹੁਦਾ ਮਿਲਿਆ ਹੈ। ਅੱਜ ਦਾ ਪ੍ਰੋਗਰਾਮ ਹੈ ਮੁੰਡਾ ਵਾਲਾ ਹੋਣ ਆ ਰਿਹਾ। ਪ੍ਰਧਾਨ ਸਾਡੇ ਸਾਬਕਾ ਉਹਨਾਂ ਦਾ ਬੇਟਾ ਵਾ, ਕਾਂਗਰਸ ਦੀ ਰੀੜ੍ਹ ਦੀ ਹੱਡੀ ਹੈ ਹਲਕੇ ਦੇ ਵਿੱਚ ਅਤੇ ਖਾਸ ਕਰਕੇ ਰਈਏ ਦੀ ਇਹਨਾਂ ਦੀ ਜਾਨ ਜਿੰਦ ਜਾਨ ਆ ਅਤੇ ਇਹਨਾਂ ਨੂੰ ਪਾਰਟੀ ਨੇ ਪਬਲਿਕ ਕੋਆਰਡੀਨੇਸ਼ਨ ਇਹਦਾ ਸਾਰਾ ਬੜਾ ਤਕੜਾ ਅਹੁਦਾ ਦੇ ਕੇ ਅਤੇ ਨਵਾਜਿਆ ਵਾ। ਅੱਗੇ ਤੋਂ ਵੀ ਇਹ ਪਾਰਟੀ ਦੀ ਵੱਧ ਤੋਂ ਵੱਧ ਸੇਵਾ ਕਰਨਗੇ ਅਤੇ ਪਾਰਟੀ ਜਿਹੜੀ ਹੈ ਇਹਨੂੰ ਇਹ ਤੋਂ ਵੀ ਉੱਚਾ ਜਿਹੜਾ ਲੈ ਕੇ ਜਾਊਗੀ ਅਤੇ ਹੋਰ ਜਿੱਥੇ ਵੀ ਇਹਦਾ ਮਾਣ ਸਤਿਕਾਰ ਵੱਡੇ ਤੌਰ 'ਤੇ ਬਣਦਾ ਉਹ ਅਸੀਂ ਕਰਕੇ ਦੇਵਾਂਗੇ। ਇਸ ਸੰਬੰਧ ਵਿੱਚ ਹਲਕਾ ਵਾਸੀਆਂ ਨੂੰ ਕੀ ਕਹਿਣਾ ਚਾਹੀਦਾ? ਹਲਕੀਆਂ ਵਾਸੀਆਂ ਨੂੰ ਬੜੀ ਖੁਸ਼ੀ ਆ ਵੀ ਸਾਡੇ ਹਲਕੇ ਦਾ ਨੌਜਵਾਨ ਮੁੰਡਾ ਵਾ ਕੰਮ ਕਰਨ ਵਾਲਾ ਮਿਹਨਤੀ ਆ ਅਤੇ ਕਾਂਗਰਸ ਪਾਰਟੀ ਦਾ ਵਫ਼ਾਦਾਰ ਸਿਪਾਹੀ ਆ ਅਤੇ ਲੋਕਾਂ ਨੇ ਬੜੀ ਖੁਸ਼ੀ ਇਹ ਗੱਲ ਦੀ ਵੀ ਸਾਡੇ ਹਲਕੇ ਦੇ ਵਿੱਚ ਬੜਾ ਵਧੀਆ ਇਹਨਾਂ ਨੂੰ ਮਾਣ ਮਿਲਿਆ। ਇਹਨਾਂ ਦੇ ਅੱਗੇ ਦੇ ਕੰਮ ਬਾਰੇ ਕੁਝ ਸੁਝਾਅ ਦੇਣਾ ਚਾਹੋ? ਅੱਗੇ ਦੇ ਇਹਨਾਂ ਨੇ ਕੰਮਕਾਰ ਹੁਣ ਜਿਹੜੇ ਆ ਸ਼ੁਰੂ ਕਰਨਗੇ, ਅੱਜ ਤੋਂ ਬਾਅਦ ਦਫ਼ਤਰ ਵੀ ਇਹਨਾਂ ਦਾ ਹੈਗਾ, ਉੱਥੇ ਦਫ਼ਤਰ ਵੀ ਬਣਾਉਣਗੇ। ਅੱਗੇ ਤੋਂ ਜਿਹੜੇ ਪਾਰਟੀ ਦੇ ਕੰਮ ਆ ਉਹ ਪਹਿਲ ਦੇ ਆਧਾਰ 'ਤੇ ਜਿਹੜੇ ਆ ਉਹ ਕਰਿਆ ਕਰਨਗੇ ਅਤੇ ਲੋਕਾਂ ਦੇ ਵਿੱਚ ਜਿਹੜਾ ਅੱਜ ਤਾਂ ਪਹਿਲੋਂ ਵਿਚਰਦੇ ਆ ਉਹ ਤੋਂ ਵੱਧ ਵਿਚਰਨਗੇ। ਨਾਲ ਹੀ ਬਲਾਕ ਕਾਂਗਰਸ ਪ੍ਰਧਾਨ ਕੇਕੇ ਸ਼ਰਮਾ ਨੇ ਤਜਿੰਦਰ ਸਿੰਘ ਬਿੱਲੂ ਦੀ ਤਾਰੀਫ ਕਰਦਿਆਂ ਕਿਹਾ ਕਿ ਇਹਨਾਂ ਇਲਾਕੇ ਦੇ ਯੂਥ ਨੂੰ ਇਕੱਠਾ ਕੀਤਾ ਹੈ ਅਤੇ ਬਹੁਤ ਵਧੀਆ ਤਰੀਕੇ ਨਾਲ ਹਲਕੇ ਵਿੱਚ ਕੰਮ ਵੀ ਕਰ ਰਹੇ ਨੇ ਤੇ ਉਹ ਇਸ ਕਰਕੇ ਵਧਾਈ ਦੇ ਪਾਤਰ ਵੀ ਨੇ। ਇਹਨਾਂ ਨੇ ਕਾਂਗਰਸ ਪਾਰਟੀ ਦੀ ਬਹੁਤ ਚਿਰਾਂ ਤੋਂ ਸੇਵਾ ਕਰਦੇ ਆਉਂਦੇ ਆ। ਇਹਨਾਂ ਦੇ ਡੈਡੀ ਨੇ ਸੇਵਾ ਕੀਤੀ, ਸਾਰੇ ਪਰਿਵਾਰ ਨੇ ਕੀਤੀ, ਹੁਣ ਇਸ ਮੁੰਡੇ ਦੀ ਵਾਰੀ ਆ। ਇਹ ਜਿਹੜਾ ਮੁੰਡਾ ਵਾ ਬੜਾ ਹੋਣਹਾਰ ਆ, ਹਰ ਗੁਣੇ ਵਿੱਚ ਹੈਗੇ ਆ। ਇਹ ਨਹੀਂ ਵੀ ਕਿਸੇ ਗੱਲੋਂ ਇਹ ਖੁੰਝਿਆ ਵਾ, ਇਹ ਬੜੇ ਤਗੜੇ ਹੋ ਗਏ ਰਈਏ ਦੇ ਵਿੱਚ। ਜਿਹੜੀ ਯੂਥ ਆ ਇਹਨੇ ਆਪਣੇ ਨਾਲ ਜੋੜੀ ਆ, ਇਸ ਯੂਥ ਦੇ ਨਾਲ ਜੁੜਨ ਦੇ ਨਾਲ ਰਈਏ ਨੂੰ ਬਹੁਤ ਵੱਡਾ ਹੰਗਾਰਾ ਮਿਲਦਾ ਅਤੇ ਕਾਂਗਰਸ ਪਾਰਟੀ ਜਿਹੜੀ ਆ ਉਹ ਬੁਲੰਦੀਆਂ ਨੂੰ ਸੁਣਦੀ ਆ। ਇਹ ਛੇਤੀ ਵੀ ਅੰਮ੍ਰਿਤਸਰ ਡਿਸਟ੍ਰਿਕਟ ਦੀ ਜਿਹੜੀ ਆ ਇਹ ਸਾਰੀ ਬਲਾਕ ਵਾਈਜ਼, ਡਿਸਟ੍ਰਿਕਟ ਵਾਈਜ਼, ਪਿੰਡ ਵਾਈਜ਼ ਇਹ ਕਮੇਟੀਆਂ ਬਣਾਉਣਗੇ ਅਤੇ ਇਹਨੂੰ ਚੰਗਾ ਇਸ ਡਿਸਟ੍ਰਿਕਟ ਨੂੰ ਹੁਲਾਰਾ ਮਿਲੂਗਾ। ਰਈਆ ਵਾਸੀਆਂ ਲਈ ਬੜੀ ਖੁਸ਼ਖਬਰੀ ਹੈ ਵੈਸੇ, ਰਈਆ ਵਾਸੀਆਂ ਵਾਸਤੇ ਕੀ ਕਹਿਣਾ ਚਾਹੀਦਾ? ਰਈਆ ਵਾਸੀਆਂ ਵਾਸਤੇ ਬਹੁਤ ਹੀ ਖੁਸ਼ਖਬਰੀ ਆ, ਕਿਉਂਕਿ ਜਿਹੜਾ ਇਲਾਕੇ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਜਿਹੜਾ ਮੁੰਡਾ ਤਰੱਕੀ ਕਰਦਾ ਵਾ, ਹਰ ਬੰਦੇ ਨੂੰ ਸੁੱਖ ਹੁੰਦਾ ਵਾ। ਭਾਵੇਂ ਕਿਸੇ ਦਾ ਬੋਲਚਾਲ ਹੋਵੇ ਅਤੇ ਭਾਵੇਂ ਨਾ ਹੋਵੇ, ਹਰ ਬੰਦਾ ਕਹਿ ਜਾਂਦਾ ਵੀ ਉਹ ਜਿਹੜਾ ਮੁੰਡਾ ਸਾਡਾ ਜੀ, ਚੰਗੇ ਢੰਗ ਤਰੀਕੇ ਨਾਲ ਬੰਦਾ ਕੰਮ ਕਰਦਾ ਅਤੇ ਉਹਦੇ ਲਾਗੇ ਲੱਗਦੇ ਆ। ਇਹੋ ਹੀ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵਾਂ ਵੀ ਇਹਦਾ ਖੁੱਲ੍ਹ ਕੇ ਸਾਥ ਦਿਓ, ਕਿਉਂਕਿ ਕਾਂਗਰਸ ਹਾਈ ਕਮਾਨ ਨੇ ਇਹਨੂੰ ਚੇਅਰਮੈਨ ਹੀ ਬਖਸ਼ੀ ਆ
ਅਤੇ ਰਈਏ ਵਾਲੇ ਸਾਰੇ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾਵਾਂਗੇ ਹਰ ਗੱਲ ਦੇ ਵਿੱਚ ਹੀ ਇਹਦੇ ਨਾਲ। ਤਜਿੰਦਰ ਸਿੰਘ ਬਿੱਲੂ ਨੇ ਵੀ ਕਾਂਗਰਸ ਹਾਈ ਕਮਾਂਡ ਦੀ ਸ਼ੁਕਰਗੁਜ਼ਾਰੀ ਕਰਦਿਆਂ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ। ਸਭ ਤੋਂ ਪਹਿਲਾਂ ਮੈਂ ਸਾਡੇ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੋਟੀ ਕੋਟ ਧੰਨਵਾਦ ਕਰਦਾ ਹਾਂ ਅਤੇ ਨਾਲ ਹੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਚੇਅਰਮੈਨ ਕਮਲਜੀਤ ਸਿੰਘ ਚਾਵਲਾ ਜੀ ਜਿਨ੍ਹਾਂ ਨੇ ਮੈਨੂੰ ਇਹ ਅਹੁਦੇ ਤੋਂ ਨਵਾਜਿਆ ਅਤੇ ਨਾਲ ਹੀ ਹਲਕੇ ਦੇ ਵਿਧਾਇਕ ਸਰਦਾਰ ਸੰਤੋਖ ਸਿੰਘ ਭਰਾਈਪੁਰ ਜੀ ਅਤੇ ਸਮੁੱਚੀ ਲੀਡਰਸ਼ਿਪ ਦਾ ਮੈਂ ਬਹੁਤ ਬਹੁਤ ਦਿਲੋਂ ਧੰਨਵਾਦੀ ਹਾਂ ਕਿ ਇਹਨਾਂ ਨੇ ਜੋ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ ਇਹ ਜ਼ਿੰਮੇਵਾਰੀ ਮੈਂ ਤਨੋ ਮਨੋ ਧਨੋ ਅਤੇ ਬੜੀ ਇਮਾਨਦਾਰੀ ਨਾਲ ਇਸ ਨੂੰ ਨਿਭਾਵਾਂਗਾ। ਪਹਿਲਾ ਪਲੈਨ ਕੀ ਹੋਏਗਾ? ਅੱਜ ਤੁਸੀਂ ਆਪਣੇ ਇਲਾਕੇ ਦੇ ਵਿੱਚ ਪਹੁੰਚੇ ਹੋ, ਇਸ ਤੋਂ ਅਗਲਾ ਪਲੈਨ ਸਾਡਾ ਜਿਹੜਾ ਪਹਿਲੀ ਸ਼ੁਰੂਆਤ ਆ ਨਵਰੂਪ ਜੀ ਇਹ ਇਹੀ ਆ ਕਿ ਮਤਲਬ ਜੋ ਨਸ਼ਾ ਜਿੱਦਾਂ ਫੈਲ ਗਿਆ ਪੰਜਾਬ 'ਚ ਪਿੰਡਾਂ ਸ਼ਹਿਰਾਂ 'ਚ ਜਿੰਨਾ ਵੀ ਵਧਿਆ ਔਰ ਜਿੰਨੀਆਂ ਇਹਨਾਂ ਹਫ਼ਤਿਆਂ 'ਚ ਮੌਤਾਂ ਹੋਈਆਂ ਇਹਨਾਂ ਨੂੰ ਬੰਦ ਕਰਨਾ ਸਾਡਾ ਮੇਨ ਟੀਚਾ ਵਾ, ਨਸ਼ੇ ਨੂੰ ਖਤਮ ਕਰ ਦੇਣਾ ਜੋ ਹਾਈਕਮਾਂ ਦਾ ਹੁਕਮ ਆ, ਸਭ ਤੋਂ ਪਹਿਲਾਂ ਅਸੀਂ ਇਹਨੂੰ ਖਤਮ ਕਰਾਂਗੇ। ਉਸ ਤੋਂ ਬਾਅਦ ਜਿਹੜੀਆਂ ਜਿੰਨੀਆਂ ਲੁੱਟਾਂ ਖੋਹਾਂ ਵੱਧ ਰਹੀਆਂ ਉਹਨਾਂ ਨੂੰ ਵੀ ਖਤਮ ਕਰਾਂਗੇ। ਉਹਦੇ ਵਾਸਤੇ ਸਾਨੂੰ ਜੋ ਸਾਰਿਆਂ ਦਾ ਸਾਥ ਚਾਹੀਦਾ ਸਮੁੱਚੀ ਲੀਡਰਸ਼ਿਪ ਦਾ, ਸਾਡੇ ਯੂਥ ਜਿੰਨੇ ਵੀ ਆ ਸਾਡੇ ਕਾਂਗਰਸ ਪਾਰਟੀ ਦੇ ਉਹਨਾਂ ਸਾਰਿਆਂ ਦਾ ਸਾਥ ਚਾਹੀਦਾ ਅਤੇ ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਡਿਸਟ੍ਰਿਕਟ ਲੈਵਲ 'ਤੇ ਕੋਈ ਖਾਸ ਪਲੈਨ? ਖਾਸ ਪਲੈਨ ਇਹੀ ਹੈ ਕਿ ਸਾਡਾ ਫਿਲਹਾਲ ਜਿਹੜੀ ਆ ਆਪਣੀ ਲੀਡਰਸ਼ਿਪ ਗਾਂਹ ਜਿਹੜੀ ਅਸੀਂ ਕਮੇਟੀਆਂ ਬਣਾਉਣੀਆਂ ਜੋ ਆਪਣੇ ਸੈੱਲ ਦੀ ਅਸੀਂ ਨਿਯੁਕਤੀ ਕਰਨੀ ਆ ਉਹਦੇ ਵਿੱਚ ਜਿੰਨੇ ਵੀ ਅਸੀਂ ਚੇਅਰਮੈਨ ਲਾਉਣੇ ਆ ਜਾਂ ਪ੍ਰਧਾਨ ਲਾਉਣੇ ਜਾਂ ਮੈਂਬਰ ਲਾਉਣੇ ਆ ਉਹ ਸ਼ੁਰੂਆਤ ਅਸੀਂ ਕਰਨ ਜਾ ਰਹੇ ਹਾਂ।